देखो मैं अज पंजाब दे मुख्यमंत्री कैप्टन अमरिंदर सिंह जी ने एक लैटर लिखी है, जिस दे विच मैं उन्होंने बेनती की है कि अज जिथे पूरे दुनिया दे विच सरकारां अपने लोगों दीआं बाहां फड़न लगी हुई ने, उन्हां दी हैल्प कर रही ने, उत्थे ही कारोबारी व्यापारी इंडस्ट्री जिहड़े इकोनमी का चक्का चलाउण विच अहम योगदान पाउंदे ने, अज जिथे उन्हां दी बाहां फड़न की लोड़ है उत्थे ही पंजाब सरकार एक अजिही सरकार है जिहड़ी कि अपने कीते हुए वादे तो भी मुक रही है। मैं कैप्टन साहब नूं याद करवाउणा चाहुंदा कि थोड़े दिन पहला पंजाब सरकार ने एक ऐलान किया कि जिहड़े MS और LS मीडियम और लार्ज स्केल की इंडस्ट्री है उन्हां नूं फिक्स चार्जिज दे विचों राहत दी जाएगी। 350 करोड़ का ऐलान है जिहड़ा राहत का ਉਹ ਕੀਤਾ ਗਿਆ ਸੀਗਾ, ਪਰ ਅੱਜ ਪੰਜਾਬ ਸਰਕਾਰ ਉਸ ਤੋਂ ਵੀ ਮੁੱਕਰ ਗਈ ਹੈ ਤੇ ਹੁਣ ਰੈਗੂਲੇਟਰੀ ਕਮਿਸ਼ਨ ਦੇ ਹੱਥ ਉਹ ਡੋਰਾਂ ਨੇ ਜਿਹੜੀਆਂ ਉਹ ਫੜਾ ਦਿੱਤੀਆਂ ਗਈਆਂ ਨੇ। ਉਹ ਮਾਫ਼ ਹੁੰਦਾ ਜਾਂ ਨਹੀਂ ਹੁੰਦਾ ਹੈਗਾ ਉਹ ਇਹੋ ਜਿਹੇ ਕਿਸੇ ਨੂੰ ਵੀ ਪਈ ਪਤਾ ਹੈਗਾ ਪੰਜਾਬ, ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਉਹ ਜ਼ਰੂਰ ਮੁੱਕਰ ਗਈ ਹੈ। ਔਰ ਇਸੇ ਤਰੀਕੇ ਦੇ ਨਾਲ ਇੰਡਸਟਰੀ ਜਿਸ ਨੂੰ ਅੱਜ ਮਹਿਜ਼ 50% ਵਰਕਫੋਰਸ ਦੇ ਨਾਲ ਕੰਮ ਕਰਨ ਦੇ ਲਈ ਕਿਹਾ ਗਿਆ, ਉਹਨਾਂ ਦੀ ਪ੍ਰੋਡਕਸ਼ਨ ਹੈ ਜਿਹੜੀ ਉਹ ਘੱਟ ਗਈ ਹੈ, ਜਿਹਦੀ ਵਜ੍ਹਾ ਕਰਕੇ ਫਿਕਸ ਚਾਰਜਿਸ ਨੇ ਜਿਹੜੇ ਉਹ ਬਹੁਤ ਵੱਧ ਲੱਗ ਰਹੇ ਨੇ, 15-20 ਰੁਪਏ ਪਰ ਯੂਨਿਟ ਉਹਨਾਂ ਨੂੰ ਪੈ ਰਿਹਾ ਹੈ। ਔਰ ਜਿਹੜੀ ਉਹਨਾਂ ਦੀ ਪ੍ਰੋਡਕਸ਼ਨ ਕੋਸਟ ਹੈ ਉਹ ਬਹੁਤ ਵੱਧ ਗਈ ਇਹਦੇ ਨਾਲ, ਤੇ ਜਿਹਦੀ ਵਜ੍ਹਾ ਕਰਕੇ ਉਹ ਕੰਪੀਟੀਸ਼ਨ ਦੇ ਵਿੱਚੋਂ ਨੈਸ਼ਨਲ ਔਰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚੋਂ ਜਿਹੜੀ ਇੰਡਸਟਰੀ ਨੇ ਵਪਾਰੀ ਨੇ ਪੰਜਾਬ ਦੇ ਉਹ ਆਊਟ ਹੁੰਦੇ ਜਾ ਰਹੇ ਨੇ। ਇਸੇ ਤਰੀਕੇ ਦੇ ਨਾਲ ਬਹੁਤ ਸਾਰੇ ਦੁਕਾਨਦਾਰ ਵਪਾਰੀ ਅਜਿਹੇ ਨੇ ਜਿਹੜੇ ਮਾਲਸ ਦੇ ਵਿੱਚ ਸ਼ਾਪਿੰਗ ਮਾਲਸ ਦੇ ਵਿੱਚ ਜਿਨ੍ਹਾਂ ਦੀਆਂ ਦੁਕਾਨਾਂ ਨੇ ਜਿਹੜੇ ਕਿ ਅਜੇ ਤੱਕ ਖੁੱਲ੍ਹੇ ਨਹੀਂ ਹੈਗੇ। ਇਸੇ ਤਰੀਕੇ ਦੇ ਨਾਲ ਰੈਸਟੋਰੈਂਟ, ਜਿਮ, ਸਕੂਲ, ਮੈਰਿਜ ਪੈਲੇਸ, ਇਸ ਤਰ੍ਹਾਂ ਦੇ ਵਪਾਰੀ ਨੇ ਜਿਨ੍ਹਾਂ ਦਾ ਕੰਮ ਬਿਲਕੁਲ ਠੱਪ ਪਿਆ, ਬੰਦ ਪਿਆ, ਪਰ ਉਹਨਾਂ ਨੂੰ ਫਿਕਸਡ ਚਾਰਜਿਸ ਇਲੈਕਟ੍ਰਿਸਿਟੀ ਦੇ ਬਿੱਲਾਂ ਦੇ ਰੂਪ ਦੇ ਵਿੱਚ ਉਹ ਲੱਗ ਰਹੇ ਨੇ, ਜਿਹਦੀ ਵਜ੍ਹਾ ਕਰਕੇ ਉਹਨਾਂ ਦਾ ਬਹੁਤ ਭਾਰੀ ਨੁਕਸਾਨ ਹੈ ਜਿਹੜਾ ਉਹ ਹੋ ਰਿਹਾ। ਸੋ ਕੈਪਟਨ ਅਮਰਿੰਦਰ ਸਿੰਘ ਨੂੰ ਮੈਂ ਬੇਨਤੀ ਕੀਤੀ ਹੈ ਕਿ ਜਿੱਥੇ ਅੱਜ ਉਹਨਾਂ ਦੀ ਬਾਂਹ ਫੜਨ ਦੀ ਲੋੜ ਹੈ ਉੱਥੇ ਹੀ ਦੂਜੇ ਪਾਸੇ ਹਾਲਾਤ ਇਹ ਨੇ ਕਿ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਨੇ ਜਿਹੜੀਆਂ ਉਹ ਮਹਿਜ਼ 25-30% ਰਹਿ ਗਈਆਂ ਨੇ। ਇਸੇ ਤਰੀਕੇ ਦੇ ਨਾਲ ਕੋਲੇ ਦੀਆਂ ਕੀਮਤਾਂ ਨੇ ਜਿਹੜੀਆਂ ਉਹ ਬਹੁਤ ਸਸਤੀਆਂ ਹੋ ਗਈਆਂ ਨੇ ਇਸ ਸਾਲ ਦੇ ਵਿੱਚ, ਪਰ ਫਿਰ ਵੀ ਇਸ ਸਾਲ ਦੇ ਟੈਰਿਫ ਆਰਡਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿਹੜੇ ਨਿੱਜੀ ਔਰ ਸਰਕਾਰੀ ਥਰਮਲ ਪਾਵਰ ਪਲਾਂਟ ਨੇ ਉਹਨਾਂ ਨੂੰ ਰੈਗੂਲੇਟਰੀ ਕਮਿਸ਼ਨ ਨੇ 11-44 ਪੈਸੇ ਪਰ ਯੂਨਿਟ ਵੱਧ ਪ੍ਰੋਡਕਸ਼ਨ ਕੋਸਟ ਉਹਨਾਂ ਦੀ ਫਿਕਸ ਕੀਤੀ ਹੈ, ਜਿਹਦਾ ਕਿ ਭਾਰ ਆਮ ਲੋਕਾਂ ਦੇ ਉੱਪਰ ਪੈਣ ਜਾ ਰਿਹਾ ਹੈ। ਮੈਂ ਸਮਝਦਾ ਕਿ ਇਹ ਆਲਰੇਡੀ ਮੰਦੀ ਦੇ ਵਿੱਚੋਂ ਗੁਜ਼ਰ ਰਹੇ ਲੋਕਾਂ ਨੂੰ ਹੋਰ ਮਾਰਨ ਵਾਲੀਆਂ ਗੱਲਾਂ ਨੇ ਜਿਹੜੀਆਂ ਉਹ ਕੈਪਟਨ ਅਮਰਿੰਦਰ ਸਿੰਘ ਜੀ ਕਰ ਰਹੇ ਨੇ। ਸੋ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਅਸੀਂ ਬੇਨਤੀ ਵੀ ਕਰਦੇ ਹਾਂ, ਗੁਜ਼ਾਰਿਸ਼ ਵੀ ਕਰਦੇ ਹਾਂ, ਔਰ ਉਹਨਾਂ ਨੂੰ ਅਸੀਂ ਅਲਟੀਮੇਟਮ ਵੀ ਦਿੰਦੇ ਹਾਂ ਕਿ ਉਹ ਇੰਡਸਟਰੀ ਨੂੰ, ਵਪਾਰੀਆਂ ਨੂੰ, ਕਾਰੋਬਾਰੀਆਂ ਨੂੰ ਔਰ ਦੁਕਾਨਦਾਰਾਂ ਨੂੰ, ਛੋਟੇ ਦੁਕਾਨਦਾਰਾਂ ਨੂੰ ਉਹਨਾਂ ਦੇ ਲਈ ਕੋਈ ਰਾਹਤ ਪੈਕੇਜ ਨੇ ਜਿਹੜੇ ਖਾਸ ਤੌਰ 'ਤੇ ਬਿਜਲੀ ਦੇ ਵਿੱਚ ਉਹ ਐਲਾਨ ਕਰਨ, ਨਹੀਂ ਆਮ ਆਦਮੀ ਪਾਰਟੀ ਦਾ ਟ੍ਰੇਡ ਵਿੰਗ, ਵਪਾਰ ਵਿੰਗ ਹੈ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਘਰਾਓ ਕਰੇਗਾ, ਜਨ ਅੰਦੋਲਨ ਹੈ ਜਿਹੜਾ ਉਹ ਛਿੜਿਆ ਜਾਵੇਗਾ। ਪਰ ਇਸ ਤਰੀਕੇ ਦੇ ਨਾਲ ਉਹ ਵਰਗ, ਉਹ ਲੋਕ